ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਅਕਸ਼ਿਤਾ ਹੈ ਅਤੇ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦੀ ਹਾਂ। ਮੈਂ ਬਹੁਤ ਸਾਰੇ ਫੈਸ਼ਨ ਸ਼ੋਜ਼ ਅਤੇ ਈਵੈਂਟਸ 'ਚ ਪਾਰਟ ਲੈ ਚੁੱਕੀ ਹਾਂ, ਸ਼ੋਅ ਸਟੋਪਰ ਰਹਿ ਚੁੱਕੀ ਹਾਂ, ਬ੍ਰਾਂਡ ਅੰਬੈਸਡਰ ਰਹਿ ਚੁੱਕੀ ਹਾਂ ਅਤੇ ਹੁਣ ਗਰੂਮ ਵੀ ਕਰਦੀ ਹਾਂ ਲੋਕਾਂ ਨੂੰ, ਸਭ ਫਰੈਂਡਸ ਨੂੰ। ਅਤੇ ਇੱਥੇ ਆ ਕੇ ਮੈਨੂੰ ਬਹੁਤ ਅੱਛਾ ਲੱਗ ਰਿਹਾ। ਅੱਜ ਨੈਨਸੀ ਜੀ ਨੇ ਮੈਨੂੰ ਇੱਥੇ ਇਨਵਾਈਟ ਕੀਤਾ ਟੂ ਬੀ ਅ ਜੂਰੀ ਮੈਂਬਰ, ਅਤੇ ਬਹੁਤ ਪਿਆਰਾ ਫੰਕਸ਼ਨ ਇਹਨਾਂ ਨੇ ਕੀਤਾ ਸੱਭਿਆਚਾਰ ਦੇ ਰਿਲੇਟਡ। ਬਹੁਤ ਅੱਛਾ ਲੱਗ ਰਿਹਾ, ਕੁੜੀਆਂ ਨੂੰ ਉਹਨਾਂ ਦੇ ਰੂਟਸ 'ਤੇ ਲੈ ਕੇ ਜਾ ਰਹੇ ਨੇ ਵੀ ਕਿੱਥੇ ਹੈ ਆਪਾਂ ਬਿਲੋਂਗ ਕੀ ਕਰਦੇ ਹਾਂ, ਅਤੇ ਬਹੁਤ ਅੱਛਾ, ਬਹੁਤ ਵਧੀਆ। ਥੈਂਕ ਯੂ ਸੋ ਮੱਚ ਮੈਨੂੰ ਇਨਵਾਈਟ ਕਰਨ ਲਈ। ਵੂਮੈਨ ਡੇ ਆ ਰਿਹਾ, ਕੀ ਕਹੋਗੇ? ਵੂਮੈਨਸ ਡੇ ਆ ਰਿਹਾ, ਇਹ ਮੇਰਾ ਬਹੁਤ ਫੇਵਰੇਟ ਡੇ ਹੈ, ਬਿਕੋਜ਼ ਆਈ ਥਿੰਕ ਹਰ ਲੇਡੀ, ਜੇ ਕਾਇਨਾਤ ਹੈ ਤਾਂ ਲੇਡੀਜ਼ ਕਰਕੇ ਹੈ। ਹਰ ਮਤਲਬ ਬੰਦੇ ਪਿੱਛੇ ਇੱਕ ਲੇਡੀ ਦਾ ਹੱਥ ਹੁੰਦਾ। ਅੱਜ ਦੇ ਟਾਈਮ 'ਚ ਜੇ ਤੁਸੀਂ ਇੱਕ ਲੇਡੀ ਨੂੰ ਆਪਣੇ ਨਾਲ ਚਲਾਉਂਦੇ ਹੋ, ਆਈ ਥਿੰਕ ਇਟਸ ਦਾ ਬੈਸਟ ਥਿੰਗ, ਕਿਉਂਕਿ ਮੇਰੇ ਹਸਬੈਂਡ ਉਹ ਮੈਨੂੰ ਹਮੇਸ਼ਾ ਸਪੋਰਟ ਕਰਦੇ ਨੇ, ਹਮੇਸ਼ਾ ਕਹਿੰਦੇ ਨੇ ਵੀ ਜੇ ਮੈਂ ਕੁਛ ਕਰਨਾ ਚਾਹੁੰਦੀ ਜੇ ਤੂੰ ਕੁਛ ਕਰਨਾ ਚਾਹੁੰਦੀ ਮੇਰੇ ਬਰਾਬਰ ਕਰੇਂਗੀ। ਐਂਡ ਮੈਨੂੰ ਇਸ ਚੀਜ਼ ਦਾ ਬਹੁਤ ਮਾਣ ਹੈ। ਤੁਸੀਂ ਹਮੇਸ਼ਾ ਵੂਮੈਨਸ ਨੂੰ ਥੈਂਕਸ ਕਰਿਆ ਕਰੋ, ਆਈ ਥਿੰਕ, ਐਂਡ ਸਭ ਇਕੁਅਲੀ ਟ੍ਰੀਟ ਹੋਣੇ ਚਾਹੀਦੇ, ਬਟ ਦਿਸ ਇਜ਼ ਅ ਬਿਗ ਡੇ ਫੋਰ ਅਸ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਸੋਨੀਆ ਛਾਬਰਾ, ਪ੍ਰੈਜ਼ੀਡੈਂਟ ਆਫ ਪਿਸ਼ਸ ਸਮਾਈਲ ਐਨ ਜੀ ਓ। ਅੱਜ ਅਸੀਂ ਇੱਥੇ ਕੋਜ਼ੀਨੂਰ ਮਿਸ ਐਂਡ ਮਿਸਿਜ਼ ਵਰਲਡ ਪੰਜਾਬਨ ਦੇ ਅਸੀਂ ਟੈਲੈਂਟ ਰਾਊਂਡ 'ਤੇ ਆਏ ਹਾਂ, ਜੋ ਕਿ ਲੁਧਿਆਣਾ ਸ਼ਹਿਰ 'ਚ ਹੋ ਰਿਹਾ ਹੈ, ਔਰ ਬਹੁਤ ਹੀ ਜਲਦ ਇਸੇ ਮਹੀਨੇ 'ਚ ਇਹਦਾ ਫਿਨਾਲੇ ਵੀ ਹੈ, ਜੋ ਪਟਿਆਲੇ 'ਚ ਹੋਏਗਾ। ਔਰ ਕੋਜ਼ੀਨੂਰ ਮਿਸ ਐਂਡ ਮਿਸਿਜ਼ ਵਰਲਡ ਪੰਜਾਬਨ ਪਿਛਲੇ 3 ਸਾਲਾਂ ਤੋਂ ਚੱਲਾ ਜਾ ਰਿਹਾ, ਔਰ ਲੜਕੀਆਂ ਨੂੰ ਆਪਣੇ ਜੋ ਸੱਭਿਆਚਾਰ ਦੇ ਜੋ ਭੁੱਲ ਚੁੱਕੇ ਲੋਕ, ਉਹਨਾਂ ਨੂੰ ਇਹ ਕੋਜ਼ੀਨੂਰ ਮਿਸ ਐਂਡ ਮਿਸਿਜ਼ ਵਰਲਡ ਪੰਜਾਬਨ ਮੌਕਾ ਦਿੰਦਾ ਕਿ ਆਪਣੇ ਸੱਭਿਆਚਾਰ ਨਾਲ ਜੁੜੋ। ਉਹ ਕਹਿੰਦੇ ਨਾ ਕਿ ਦੁੱਧ ਰਿੜਕੇ ਨਾ ਅਤੇ ਨਾ ਚਾਟੀ 'ਚ ਪੈਣ ਮਧਾਣੀਆਂ। ਅਤੇ ਮੈਂ ਹੀ ਬੋਲਾਂਗੀ, ਅਰਜ਼ ਮੇਰੀ ਹੈ, ਮਾਂ ਬੋਲੀ ਨੂੰ ਭੁੱਲਿਓ ਨਾ ਅਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਰੋਲੀਓ ਨੂੰ। ਬਸ ਇਹੀ ਕਹਿਣਾ ਚਾਹਾਂਗੀ। ਅਤੇ ਕੁੜੀਓ, ਤੁਸੀਂ ਵੀ ਕਰ ਸਕਦੇ ਹੋ ਇਹਦੇ 'ਚ ਪਾਰਟੀਸਪੇਟ, ਹਜੇ ਵੀ ਮੌਕਾ ਹੈ ਇਹਦੇ ਵਿੱਚ ਤੁਸੀਂ ਪਾਰਟੀਸਪੇਟ ਕਰ ਸਕਦੇ ਹੋ, ਕਿਉਂਕਿ ਇਹਦੀ ਹੁਣ ਇੱਕ ਐਂਟਰੀ ਹੋਰ ਹੋਣ ਵਾਲੀ ਹੈ, ਜੋ ਵਾਈਲਡ ਕਾਰਡ ਐਂਟਰੀ ਹੁੰਦੀ ਹੈ, ਔਰ ਉਹਦੇ ਵਿੱਚ ਤੁਸੀਂ ਆਪਣਾ ਟੈਲੈਂਟ ਰਾਊਂਡ ਦੁਬਾਰਾ ਤੁਹਾਡਾ ਫਿਰ ਤੋਂ ਹੋਇਆ ਜਾਏਗਾ, ਔਰ ਫਿਨਾਲੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ ਔਰ ਆਪਣੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਅੱਗੇ ਲੈ ਕੇ ਜਾ ਸਕੋ। ਥੈਂਕ ਯੂ ਸੋ ਮੱਚ ਨੈਨਸੀ ਮੈਮ, ਜੋ ਹਮੇਸ਼ਾ ਤੋਂ ਇੰਨਾ ਸਤਿਕਾਰ ਔਰ ਇੰਨਾ ਮਾਣ ਦਿੱਤਾ ਹੈ, ਅੱਜ ਇੱਥੇ ਚੀਫ ਗੈਸਟ ਬੁਲਾਇਆ ਹੈ ਔਰ ਜਿਊਰੀ 'ਚ ਵੀ ਮੈਂ ਬੈਠੀ ਹਾਂ। ਸੋ ਆਲ ਦਾ ਬੈਸਟ ਆਲ ਦਾ ਰੋਕਿੰਗ ਪੰਜਾਬਨਸ, ਆਪਣੇ ਸੱਭਿਆਚਾਰ ਨੂੰ ਜ਼ਰੂਰ ਅੱਗੇ ਤੱਕ ਲੈ ਕੇ ਜਾਓ, ਇਹੀ ਮੇਰੀ ਤਮੰਨਾ ਹੈ, ਇਹੀ ਅਸੀਂ ਅੱਗੇ ਵਿਸ਼ ਕਰਦੇ ਹਾਂ। ਥੈਂਕ ਯੂ ਸੋ ਮੱਚ ਕਾਲ ਜੀ। ਮੈਂ ਹਾਂ ਨੈਨਸੀ ਘੁੰਮਣ, ਡਾਇਰੈਕਟਰ ਕੋਜ਼ੀਨੂਰ ਮਿਸ ਐਂਡ ਮਿਸਿਜ਼ ਵਰਲਡ ਪੰਜਾਬਨ ਇੰਡੀਆ। 2022 ਦਾ ਜੋ ਹੈ ਇਹ ਮੁਕਾਬਲਾ ਸਟਾਰਟ ਹੋ ਚੁੱਕਿਆ ਹੈ ਬੰਧਨ ਈਵੈਂਟ ਪਲੈਨਰ ਵੱਲੋਂ। 2018 ਤੋਂ ਸਾਡੀ ਕੋਸ਼ਿਸ਼ ਰਹੀ ਹੈ ਕਿ ਅਸੀਂ ਜੋ ਇਹ ਪੰਜਾਬਣਾਂ ਨੇ, ਮੁਟਿਆਰਾਂ ਨੇ ਬਹੁਤ ਜ਼ਿਆਦਾ ਮਾਡਰਨ ਹੋ ਚੁੱਕੀਆਂ ਨੇ ਅਤੇ ਆਪਣੇ ਸੱਭਿਆਚਾਰ ਨੂੰ ਭੁੱਲ ਵੀ ਚੁੱਕੀਆਂ ਨੇ, ਐਸੀਆਂ ਲੜਕੀਆਂ ਨੂੰ ਅਸੀਂ ਇੱਕ ਮੰਚ ਦਿੱਤਾ ਜਿਸਦਾ ਨਾਮ ਹੈ ਕੋਜ਼ੀਨੂਰ। ਇਸ ਪ੍ਰੋਗਰਾਮ ਦੇ ਤਹਿਤ ਅੱਜ ਸਾਡਾ ਫਸਟ ਰਾਊਂਡ ਸ਼ੁਰੂ ਹੋ ਚੁੱਕਿਆ ਹੈ, ਜੋ ਕਿ ਹੋਇਆ ਰੀਗਲ ਹੋਟਲ ਦੇ ਵਿੱਚ, ਰੀਗਲ ਬਲੂ ਹੋਟਲ ਲੁਧਿਆਣਾ ਦੇ ਵਿੱਚ। ਅਤੇ ਇਸ ਰਾਊਂਡ ਦੇ ਵਿੱਚ ਸਾਡੇ ਪੂਰੇ ਪੰਜਾਬ 'ਚੋਂ 30 ਲੜਕੀਆਂ ਫਾਈਨਲ ਆਈਆਂ ਨੇ, ਕੈਨੇਡਾ ਇਟਲੀ ਤੋਂ ਵੀ ਆਈਆਂ ਨੇ ਮੇਰੇ ਕੋਲ ਅੱਜ ਇੱਥੇ ਕੁੜੀਆਂ। ਅਤੇ ਜੋ ਮੁਕਾਬਲਾ ਨੈਕਸਟ 27 ਮਾਰਚ ਨੂੰ ਪਟਿਆਲਾ ਵਿਖੇ ਹੋਏਗਾ, ਇਹਦੇ ਅਲੱਗ ਅਲੱਗ ਰਾਊਂਡਸ ਨੇ। ਪਹਿਲਾ ਰਾਊਂਡ ਅਸੀਂ ਜੋ ਸੀਗਾ ਰਜਿਸਟ੍ਰੇਸ਼ਨ ਦਾ, ਉਹ ਚੰਡੀਗੜ੍ਹ ਕੀਤਾ ਸੀ, ਅਤੇ ਹੁਣ ਫਸਟ ਰਾਊਂਡ, ਸੈਕਿੰਡ ਜੋ ਇਹ ਰਾਊਂਡ ਹੈ, ਟੈਲੈਂਟ ਰਾਊਂਡ ਹੈ, ਸਭ ਤੋਂ ਵੱਡਾ ਰਾਊਂਡ, ਜਦੋਂ ਕੁੜੀਆਂ ਆਪਣੀ ਪ੍ਰਤਿਭਾ ਦਿਖਾਉਂਦੀਆਂ ਨੇ, ਕਲਾਕਾਰੀ ਦਿਖਾਉਂਦੀਆਂ ਨੇ। ਅਤੇ ਅੱਜ ਇੱਥੇ ਇਸ ਵਾਸਤੇ ਆਈਆਂ ਨੇ, ਅਤੇ ਸੋਨੀਆ ਛਾਬੜਾ ਜੀ, ਜੋ ਕਿ ਪਟਿਆਲਾ ਦੀ ਜੋ ਲੁਧਿਆਣਾ ਦੀ ਸ਼ਾਨ ਨੇ, ਮਿਸ਼ਨ ਸਮਾਈਲ ਦੇ ਪ੍ਰੈਜੀਡੈਂਟ ਨੇ, ਉਹ ਇੱਥੇ ਚੀਫ ਗੈਸਟ ਨੇ। ਅਕਸ਼ਿਤਾ ਅਰੋੜਾ ਨੇ ਚੰਡੀਗੜ੍ਹ ਤੋਂ, ਇੱਕ ਮਾਡਲ ਐਕਟਰ ਨੇ, ਉਹ ਸਾਡੇ ਐਜ਼ ਆ ਜਿਊਰੀ ਪੈਨਲ ਦੇ ਵਿੱਚ ਨੇ। ਇਹਨਾਂ ਦੇ ਨਾਲ ਹੀ ਸਰਬਜੀਤ ਕੌਰ ਨੇ, ਉਹ ਵੀ ਚੰਡੀਗੜ੍ਹ ਤੋਂ ਨੇ, ਮਿਸਿਜ਼ ਚੰਡੀਗੜ੍ਹ ਨੇ। ਅਤੇ ਨਾਲ ਹੀ ਇਹਨਾਂ ਦੇ ਰੋਮੀ ਗਈ ਨੇ, ਜੋ ਚੰਡੀਗੜ੍ਹ ਤੋਂ ਨੇ, ਕੋਜ਼ੀਨੂਰ ਮਿਸਿਜ਼ ਵਰਲਡ ਪੰਜਾਬਨ ਦੇ ਵਿਨਰ ਰਹੇ ਨੇ 2021 ਦੇ। ਅਤੇ ਇਹਨਾਂ ਦੇ ਨਾਲ ਹੀ ਕਮਲ ਨੇ, ਸੁਖਜੀਤ ਨੇ, ਸੋ ਕਾਫੀ ਮੇਰੇ ਸਰਕਲ ਦੇ ਵਿੱਚ ਇੱਥੇ ਆਏ ਹੋਏ ਨੇ, ਜਿਊਰੀ ਵਿੱਚ ਵੀ ਅਤੇ ਸਪੈਸ਼ਲ ਗੈਸਟ ਵਿੱਚ ਵੀ। ਅਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੀ, ਸਪੈਸ਼ਲ ਲੁਧਿਆਣਾ ਦੇ ਮੀਡੀਆ ਤੋਂ, ਜੋ ਹਮੇਸ਼ਾ ਸੱਭਿਆਚਾਰ ਨੂੰ ਸਪੋਰਟ ਕਰਦਾ। ਅਤੇ ਥੈਂਕਸ ਟੂ ਆਲ ਲੁਧਿਆਣਾ ਮੀਡੀਆ ਟੀਮ। ਅਤੇ ਕੋਜ਼ੀਨੂਰ ਐਵੇਂ ਹੀ ਅੱਗੇ ਵਧੇਗਾ, ਚਾਹੇ ਕੋਈ ਮਰਜ਼ੀ ਪ੍ਰੋਬਲਮ ਹੋਵੇ, ਅਸੀਂ ਆਪਣੇ ਸੱਭਿਆਚਾਰ ਨੂੰ ਕਦੀ ਵੀ ਪਿੱਛੇ ਨਹੀਂ ਹਟਾਂਗੇ, ਅੱਗੇ ਵਧਾਉਣ ਵਾਸਤੇ, ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਸਤੇ ਅਸੀਂ ਜਿੰਨਾ ਕਰ ਸਕੀਏ ਉਨੇ ਕਰਾਂਗੇ। ਅਤੇ ਹੈਪੀ ਵੂਮੈਨਸ ਡੇ ਵੀ ਮੈਂ ਸਾਰਿਆਂ ਨੂੰ ਬੋਲਣਾ ਚਾਹਾਂਗੀ, ਕਿਉਂਕਿ ਇੱਕ ਔਰਤ ਹੀ ਹੈ ਜੋ ਇੱਕ ਸਮਾਜ ਵੀ ਸਿਰਜਦੀ ਹੈ, ਇੱਕ ਪਰਿਵਾਰ ਵੀ ਚਲਾਉਂਦੀ ਹੈ, ਅਤੇ ਇੱਕ ਦੇਸ਼ ਨੂੰ ਵੀ ਚਲਾ ਸਕਦੀ ਹੈ। ਥੈਂਕ ਯੂ ਸੋ ਮੱਚ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।